ਬਰੇਟਾ ਦੇ ਪਿੰਡ ਅਕਬਰਪੁਰ ਖੁਡਾਲ ਵਿਖੇ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਵਿੱਚ ਸਲਾਨਾ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ੍ਰੀ ਅਖੰਡ ਪਾਠ ਜੀ ਦੇ ਪ੍ਰਕਾਸ਼ ਕਰਵਾਏ ਗਏ। ਇਸ ਸਥਾਨ ਦੀ ਮਹਿਮਾ ਰੱਖਦੇ ਹੋਏ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਵਿਖੇ ਪਹੁੰਚੇ। ਇਸ ਮੌਕੇ 'ਤੇ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵੱਲੋਂ ਜੋ ਵੀ ਸੇਵਾ ਉਹਨਾਂ ਨੂੰ ਲਗਾਈ ਜਾਵੇਗੀ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ। ਮੈਂ ਬੇਨਤੀ ਕਰਦਾ ਇਲਾਕੇ ਦੀ ਸਮੂਹ ਸਾਧ ਸੰਗਤ ਵੱਲੋਂ, ਇੱਥੋਂ ਦੀਆਂ 3 ਮੰਗਾਂ ਨੇ ਕਿ ਇਸ ਸਥਾਨ ਨੂੰ ਗੁਰੂ ਗੋਬਿੰਦ ਸਿੰਘ ਮਾਰਗ ਦੇ ਨਾਲ ਜੋੜਿਆ ਜਾਵੇ, ਕਿਉਂ ਜੋ ਗੁਰੂ ਸਾਹਿਬ ਇੱਥੇ ਸਰਸੇ ਤੋਂ ਚੱਲ ਕੇ ਆਏ ਸੀ। ਅਤੇ ਦੂਸਰੀ ਬੇਨਤੀ ਇਹ ਹੈ ਕਿ ਇਸ ਨਗਰ ਦੇ ਵਿੱਚ ਇੱਕ ਫਰੀ ਡਿਸਪੈਂਸਰੀ ਹੋਣੀ ਚਾਹੀਦੀ ਹੈ। ਤੀਸਰਾ, ਇਸ ਨਗਰ ਦਾ ਜਿਹੜਾ ਸਕੂਲ ਹੈਗਾ ਉਹ ਅਪਗ੍ਰੇਡ ਕਰਕੇ ਭਾਈ ਗੁਲਾਬ ਸਿੰਘ ਜੀ ਦੇ ਨਾਂ 'ਤੇ ਰੱਖਿਆ ਜਾਵੇ। ਵੀ ਗੁਰੂ ਘਰ ਲਈ ਜੋ ਵੀ ਮਤਲਬ ਵਾਜਬ ਮੰਗਾਂ ਮਤਲਬ ਨਗਰ ਵੱਲੋਂ ਪੰਚਾਇਤ ਵੱਲੋਂ ਕਹੀਆਂ ਗਈਆਂ ਨੇ ਉਹਨਾਂ ਨੇ ਮਤਲਬ ਫੁੱਲ ਚੜ੍ਹਾਵਾਂਗੇ, ਮਤਲਬ ਵੱਧ ਤੋਂ ਵੱਧ ਮਦਦ ਕਰਾਂਗੇ ਸ਼੍ਰੋਮਣੀ ਕਮੇਟੀ ਵੱਲੋਂ। ਔਰ ਜੋ ਇਮਾਰਤ ਅਧੂਰੀ ਪਈ ਹੈ ਗੁਰੂ ਘਰ ਦੀ ਉਸ ਨੂੰ ਮਤਲਬ ਛੇਤੀ ਤੋਂ ਛੇਤੀ ਮਤਲਬ ਬਾਬਾ ਘਰ ਸੇਵਾ ਵਾਲਿਆਂ ਨੂੰ ਸੰਤਾਂ ਨੂੰ ਮਤਲਬ ਮਹਾਂਪੁਰਸ਼ਾਂ ਨੂੰ ਕਹਿ ਕੇ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪੂਰੀ ਮਤਲਬ ਜਿੰਨੇ ਵੀ ਮਤਲਬ ਬਿਹਤੋਂ ਮਤਲਬ ਵੱਧ ਮਦਦ ਕੀਤੀ ਜਾਊਗੀ। ਇਹ ਪ੍ਰਧਾਨ ਜੀ ਨੇ ਸਾਨੂੰ ਸਦਾ ਮਤਲਬ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਸਾਨੂੰ ਇਹ ਮਤਲਬ ਵਿਸ਼ਵਾਸ ਦਵਾਇਆ ਔਰ ਸਾਨੂੰ ਪੂਰਨ ਆਸ ਹੈ ਕਿ ਮਤਲਬ ਇਹ ਪ੍ਰਧਾਨ ਸਾਹਿਬ ਮਤਲਬ ਇੱਕ ਬਹੁਤ ਹੀ ਮਤਲਬ ਦੇਵਤਾ ਪੁਰਸ਼ ਨੇ, ਸਾਨੂੰ ਸਾਡੀਆਂ ਮਤਲਬ ਜਿਹੜੀਆਂ ਮੰਗਾਂ ਨੇ ਇਹਨਾਂ ਦੇ ਉੱਪਰ ਪੂਰਾ ਮਤਲਬ ਸਾਨੂੰ ਮਤਲਬ ਪੂਰੀਆਂ ਜਾ ਕੇ ਖੁਸ਼ੀ ਹੋਈ ਹੈ ਕਿ ਬਹੁਤ ਹੀ ਸਿਦਕੀ ਸਿੰਘ ਭਾਈ ਗੁਲਾਬ ਸਿੰਘ ਸਵਰਨ ਘਰ ਔਰ ਜਿਨ੍ਹਾਂ ਨੇ ਇੱਥੇ ਕੈਦ ਉਸ ਸਮੇਂ ਦੀ ਜਿਹੜੇ ਹਾਕਮ ਸੀ ਉਹਨਾਂ ਨੇ ਉਹਨਾਂ ਨੂੰ ਕੈਦ ਕਰ ਦਿੱਤਾ ਸੀ ਔਰ ਜਿੱਥੇ ਇਸ ਕੈਦ ਦੇ ਵਿੱਚ ਹੋ ਰਹੇ ਉੱਥੇ ਸਿਮਰਨ ਵੀ ਕੀਤਾ, ਭਗਤੀ ਵੀ ਉਹਨਾਂ ਨੇ ਕੀਤੀ। ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਇੱਥੇ ਆਏ ਤਾਂ ਉਹਨੂੰ ਉੱਥੋਂ ਬੰਦੀ ਮੁਕਤ ਕੀਤਾ ਗਿਆ। ਸੋ ਮੈਂ ਸਮਝਦਾ ਇਹ ਸਥਾਨ ਬੜਾ ਹੀ ਹੈ, ਜਿਹੜਾ ਸਥਾਨ ਹੈ ਬਹੁਤ ਭਾਗਾਂ ਵਾਲਾ ਹੈ, ਪਵਿੱਤਰ ਸਥਾਨ ਹੈ ਜਿੱਥੇ ਉਹ ਵੀ ਇੱਥੇ ਬਹੁਤ ਵੱਡੀ ਆਸਥਾ ਰੱਖਦਾ ਹੈ। ਅਤੇ ਇੱਥੋਂ ਦੀ ਕਮੇਟੀ ਵੀ ਸੇਵਾ ਕਰ ਰਹੀ ਹੈ ਅਤੇ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਅਤੇ ਉਹਨਾਂ ਵੱਲੋਂ ਜਿਹੜਾ ਹੈ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸੋ ਬਾਬਾ ਰਤਨ ਸਿੰਘ ਜੀ ਜਿਹੜੇ ਸੇਵਾ ਕਰਾ ਰਹੇ ਨੇ, ਸੋ ਮੈਂ ਸਮਝਦਾ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇੱਥੋਂ ਵੱਧ ਤੋਂ ਵੱਧ ਜਿੰਨੀ ਵੀ ਤਰ੍ਹਾਂ ਦੀ ਮਦਦ ਹੋਈ ਇਸ ਗੁਰੂ ਘਰ ਦੀ ਕੀਤੀ ਜਾਵੇਗੀ ਤਾਂ ਕਿ ਇਹ ਜਿਹੜੀ ਇਮਾਰਤ ਹੈ ਜਲਦੀ ਸੰਪੂਰਨ ਹੋ ਕੇ ਔਰ ਸਿੱਖ ਸੰਗਤਾਂ ਦੇ ਹਵਾਲੇ ਜਿਹੜੀ ਹੈ ਇਹ ਸਾਰੀ ਹੋਵੇ, ਇੱਥੇ ਸਾਰੇ ਅਸੀਂ ਸ਼ਰਧਾ ਨਾਲ ਸਤਿਕਾਰ ਨਾਲ ਗੁਰਮਤਿ ਸਮਾਗਮ ਕਰਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।